ਤੁਸੀਂ ਮੰਨਦੇ ਹੋ ਮੈਂ ਫੇਸਬੁੱਕ ਨਹੀਂ ਚਲਾਉਂਦਾ ਯਾਰ ਆਪਣੀ ਜਾ ਕੇ ਦੇਖ ਲਓ ਉਹ ਤਾਂ ਚੰਗੀ ਚੀਜ਼ ਆ ਜੇ ਨਹੀਂ ਚਲਾਉਂਦੇ ਬਹੁਤ ਸੋਹਣੀ ਚੀਜ਼ ਹੈ ਨਹੀਂ ਚਲਾਉਂਦੇ ਮੈਂ ਨਹੀਂ ਮੈਂ ਕੀ ਦੱਸਾਂ ਲੋਕਾਂ ਨੂੰ ਮੈਂ ਆ ਕਰਦਾ ਅੱਛਾ ਤੁਸੀਂ ਮੇਰੇ ਨਾਲ ਮੇਰੇ ਹਲਕੇ ਚ ਆਇਓ ਮੈਂ ਕਦੇ ਨਹੀਂ ਇਹਨਾਂ ਨੂੰ ਇਹ ਦੱਸਦਾ ਕਿ ਸਾਡੀ ਕਾਂਗਰਸ ਪਾਰਟੀ ਦੀ ਸਕੀਮ ਹੈ ਜੀ ਤੁਹਾਡੇ 300 ਯੂਨਿਟ ਮਾਫ ਕਰ ਦਿੱਤੇ ਜੀ ਤੁਹਾਡੀ 3 ਰੁਪਏ ਬਿਜਲੀ ਕਰ ਦਿੱਤੀ ਜੀ ਮੈਂ ਨਹੀਂ ਕਹਿੰਦਾ ਕਿਉਂ ਕਾਹਦੇ ਲਈ ਸਰਕਾਰ ਨੇ ਕੀਤਾ ਯਾਰ ਸਰਕਾਰ ਨੇ ਕੀਤਾ ਤਾਂ ਲੋਕਾਂ ਨੂੰ ਪਤਾ ਨਹੀਂ ਯਾਰ ਸਾਨੂੰ ਨੌਕਰ ਦੇ ਨੌਕਰ 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 ਰੱਖਦੇ 5 ਸਾਲ ਲਈ ਤੇ ਨੌਕਰ ਕਵੇ ਮੈਂ ਆਹ ਕਰਕੇ ਆਇਆ ਸਾਡਾ ਫਰਜ਼ ਕੀਤਾ ਮੈਂ ਕਦੇ ਨਹੀਂ ਕਹਿੰਦਾ ਮੈਂ ਤੁਹਾਡਾ ਸੜਕ ਬਣਾਤੀ ਮੈਂ ਤੁਹਾਡਾ ਪਾਣੀ ਦਿੱਤਾ ਤੁਹਾਨੂੰ ਯਾਰੋ ਇਹ ਕੋਈ ਗੱਲਾਂ ਕਰਨ ਵਾਲੀਆਂ ਮੈਂ ਤਾਂ ਹੱਥ ਤੁਸੀਂ ਕਿਤੇ ਕੰਪੇਨ 'ਤੇ ਚਲੋ ਮੇਰੇ ਨਾਲ ਕਪੂਰਥਲੇ 'ਚ ਮੈਂ ਨਾ ਪਹਿਲੀ ਵਾਰ ਤੁਹਾਨੂੰ ਮਿਲਿਆ ਜਾਂ ਤਾਂ ਤੁਸੀਂ ਮਤਲਬ ਹੌਲੀ ਹੌਲੀ ਚਲੋ ਮੈਨੂੰ ਪਤਾ ਲੱਗ ਜੂਗਾ ਪਰ ਇੱਕ ਤਾਂ ਕਮਾਲ ਦੀਆਂ ਗੱਲਾਂ ਕਰ ਰਹੇ ਹੋ ਇੱਥੇ ਤਾਂ ਇੰਨਾ ਇੰਨਾ ਪ੍ਰਚਾਰ ਅਤੇ ਪੈਸਾ ਮਤਲਬ ਹੈ ਨਾ ਚੈਨਲਾਂ ਨੂੰ ਐਵੇਂ ਚੱਕ ਕੇ ਐਡਾਂ ਦੇ ਜਾਣੀਆਂ ਇਹੋ ਜਿਹਾ ਕੁਛ ਕਰੀ ਜਾਂਦੇ ਆ ਲੋਕ ਤਾਂ ਅੱਛਾ ਐਡ ਦੇਣੀ ਮੈਂ ਚਾਲੂ ਕੀਤੀ ਸੀ ਚੈਨਲਾਂ ਦੇ ਪੰਜਾਬ ਨੂੰ ਨਹੀਂ ਪਤਾ ਸੀ ਪੰਜਾਬ ਦੇ ਆ ਜਿਹੜੇ ਜਿੰਨੇ ਅਖਬਾਰਾਂ ਵਾਲੇ ਇਹਨਾਂ ਨੂੰ ਕੀ ਪਤਾ ਸੀ ਰਾਣੇ ਨੇ ਕੀਤਾ ਸੀ ਕੰਮ ਚਾਲੂ ਆਹ ਤਾਂ ਮਾੜੀ ਗੱਲ ਆ ਮਾੜੀ ਸੀ ਚੰਗੀ ਸੀ ਯਾਰ ਮੈਂ ਨਵਾਂ ਨਵਾਂ ਆਇਆ ਸੀ ਮੈਂ ਕੰਮ ਚਾਲੂ ਕਰ ਦਿੱਤਾ ਪੰਜਾਬ ਕੇਸਰੀ ਵਾਲਿਆਂ ਨੂੰ ਪੁੱਛ ਲਓ ਪੰਜਾਬ ਕੇਸਰੀ ਨਾਲ ਚਾਲੂ ਕੀਤਾ ਫਿਰ ਉਹਦੇ ਬਾਅਦ ਪੈਕੇਜ ਚੱਲਣ ਲੱਗ ਪਏ ਇਹਨਾਂ ਦੇ 2 ਸਾਲਾਂ ਬਾਅਦ ਮੈਂ ਗਿਆ ਮੇਰੇ 'ਤੇ ਵੀ ਪੈਕੇਜ ਮੈਂ ਕਿਹਾ ਤੁਹਾਨੂੰ ਕੰਮ 'ਤੇ ਮੈਂ ਸਿਖਾਇਆ ਹੁਣ ਪੈਕੇਜ ਵੀ ਮੇਰੇ 'ਤੇ ਉਹ ਕਹਿੰਦੇ ਵੀ ਇਹ ਤਾਂ ਸਾਰਿਆਂ ਦੀ ਬਰਾਬਰ ਹਾਂਜੀ ਇੱਕ ਬਲਜਿੰਦਰ ਸਿੰਘ ਹੈ ਜਿਹਨੇ ਨਹੀਂ ਪੈਕੇਜ ਲਿਆ ਅੱਛਾ ਸਾਡੀ ਖਬਰ ਵੀ ਨਾ ਚਾਪਿਆ ਕਰੇ ਸਰਦਾਰ ਬਲਜਿੰਦਰ ਸਿੰਘ ਉਹਨਾਂ ਨੇ ਕਿਹਾ ਦੇਖ ਵੀ ਰਾਣੇ ਗੱਲ ਤੈਨੂੰ ਮੈਂ ਸਪਸ਼ਟ ਦੱਸ ਦਿਆਂ ਕਿ ਮੈਂ ਆਈ ਕੇ ਗੁਜਰਾਲ ਦੇ ਨਾਲ ਮੇਰਾ ਬੜਾ ਲਿਆਜ ਹੈ ਤਾਂ ਤੇਰੀ ਮਾੜੀ ਮੋਟੀ ਤਾਂ ਲਾਇਆ ਉਹਨੂੰ ਖਬਰ ਖੁਬਰ ਨਹੀਂ ਮੈਂ ਛਾਪਣੀ ਫਿਰ ਅਸੀਂ ਕੀ ਕੀਤਾ ਕੋਈ ਖਬਰ ਹੀ ਨਾ ਛਾਪਿਆ ਕਰਨ ਜਿੱਦਣ ਅਖੀਰਲਾ ਦਿਨ ਸੀਗਾ ਪੋਲਿੰਗ ਵਾਲਾ ਉਦੋਂ ਇੱਕ ਦਿਨ ਪਹਿਲਾਂ ਅਸੀਂ ਵੀ ਫਿਰ ਪੰਨਾ ਛਾਪਿਆ ਉਹਦੇ ਹੋਕਰਾਂ ਦੇ ਥਰੂ ਅਜੀਤ ਦੇ ਵਿੱਚ ਹੀ ਦੇ ਦਿੱਤਾ ਬਹੁਤ ਰਾਣਾ ਰਾਣਾ ਹੀ ਸੀ ਅੱਛਾ ਐਡਾ ਵਧੀਆ ਬੰਦਾ ਸਰਦਾਰ ਬਰਜਿੰਦਰ ਸਿੰਘ ਮੈਨੂੰ ਤੂੰ ਨਹੀਂ ਉਹਨਾਂ ਨੇ ਕਿਹਾ ਤੂੰ ਇਹ ਕਿਉਂ ਕੀਤਾ ਚਲੋ ਨੋਟਿਸ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਦੇ ਪਰਚਾ ਕਰਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਉਹਨਾਂ ਨੇ ਮੈਨੂੰ ਤੂੰ ਵੀ ਨਹੀਂ ਕਿਹਾ ਜੇ ਚਾਹ ਹੀ ਆ ਤਾਂ ਤੁਸੀਂ ਲਿਆ ਸਕਦੇ ਹੋ ਚੱਲਦੇ ਸ਼ੋਅ ਦੇ ਵਿੱਚ ਸਾਡੀ ਖਾਤਰ ਯਾਰ ਮੈਨੂੰ ਤਾਂ ਸੱਚੀ ਠੰਡ ਬਹੁਤ ਲੱਗੀ ਜਾਂਦੀ ਆ ਭਰਾਵੋ ਅੰਗੀਠੀ ਲਿਆਈਏ ਨਾ ਨਾ ਜੀ ਐਂ ਠੀਕ ਆ ਉਹ ਮੈਨੂੰ ਨਾ ਮੈਸੇਜ ਭੇਜੇ ਲੋਕਾਂ ਨੇ ਵੀ 2000 ਜਿਹੜਾ 22 ਹੈ ਜੀ ਇਹ 'ਚ ਹਾਂਜੀ ਬਿਸਕੁਟ ਵੀ ਚੱਕ ਲੈਂਦੇ ਹਾਂ ਬਾਈ ਕੋਈ ਗੱਲ ਨਹੀਂ ਰੱਖ ਲੈਂਦੇ ਠੀਕ ਹੈ ਕੋਈ ਦਿੱਕਤ ਨਹੀਂ ਥੈਂਕ ਯੂ ਇੱਧਰ ਵੀ ਲਿਆ ਬਈ ਦੋਵਾਂ ਲਈ ਅੱਛਾ ਮੈਨੂੰ ਮੈਸੇਜ ਭੇਜੇ ਲੋਕਾਂ ਨੇ ਵੀ ਤੂੰ 2022 'ਚ ਰੌਕ ਕਰੇਂਗਾ ਐਂ ਕਰੇਂਗਾ ਜਿੰਨੀ ਠੰਡ ਪਈ ਜਾਂਦੀ ਹੈ ਮੈਂ 2022 ਪੂਰਾ ਨਹੀਂ ਕਰਦਾ ਦਿੰਦਾ ਮੈਨੂੰ ਨਹੀਂ ਨਹੀਂ ਉਹ ਨੌਜਵਾਨ ਹੈ ਯਾਰ ਵੀ ਸਾਡੇ ਵਰਗੀ ਉਮਰ ਵਾਲੇ ਨੋ ਪ੍ਰੋਬਲਮ ਤੁਸੀਂ ਐਂ ਖੁੱਲ੍ਹਾ ਖਾਣ ਪੀਣ ਵਾਲੇ ਹੋ ਤਾਂ ਪੁਰਾਣੀਆਂ ਖੁਰਾਕਾਂ ਖਾਧੀਆਂ ਸਾਡੀ ਪੀੜ੍ਹੀ ਅਸੀਂ ਤਾਂ 50 ਨਹੀਂ ਟੱਪਦੇ ਅਸੀਂ ਉਹ ਪੀੜ੍ਹੀ ਆ ਅਰੇ ਨਹੀਂ ਜਿਹੜੇ 50 ਤੋਂ ਪਹਿਲੇ ਨਹੀਂ ਹੁਣ ਜਿਹੜਾ ਨਾ ਖੁਰਾਕਾਂ ਨਿਊਟ੍ਰੀਸ਼ੀਅਸ ਬੈਲੈਂਸ ਡਾਇਟ ਉਹਦਾ ਫਾਇਦਾ ਇਹਦਾ ਫਾਇਦਾ ਤਾਂ ਹੈ ਲੋਕਾਂ ਦੀ ਉਮਰ ਲੰਬੀ ਹੋ ਰਹੀ ਆ ਪਰ ਜਿਹੜੇ ਧਿਆਨ ਰੱਖਦੇ ਉਹਨਾਂ ਨੂੰ ਬਿਮਾਰੀਆਂ ਵੀ ਘੱਟ ਆ ਨਹੀਂ ਮੈਂ ਇਸੇ ਦੇ ਸਿਰ ਤੇ ਕੋਵਿਡ ਆ ਜਾਏ ਤਾਂ ਗੱਲ ਵੱਖਰੀ ਆ